ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਇਹ ਬਹੁਤ ਜ਼ਿਆਦਾ ਜ਼ਰੂਰੀ ਬੇਨਤੀਆਂ ਨੇ ਅਮਰਿਤਪਾਲ ਸਿੰਘ ਕਿੱਥੇ ਐ ਜਥੇਦਾਰ ਸਾਹਿਬ ਦੀ ਫੇਕ ਖਬਰ ਵੀ ਚਲਾਈ ਜਾਂਦੀ ਐ ਇਹ ਵੀ ਕਿਹਾ ਜਾਂਦਾ ਜੀ ਇਹ ਦੇਖੋ ਜੀ ਕਿਵੇਂ ਨੇ ਜੀ ਇਹ ਕੌਣ ਨੇ ਜੀ ਇਹ ਕੀ ਕਹਿ ਰਹੇ ਨੇ ਜੀ ਬੜੇ ਐਂਟੀ ਗੱਲਾਂ ਵਾਤਾਂ ਵੀ ਕੀਤੀਆਂ ਜਾਂਦੀਆਂ ਨੇ ਸੋ ਸਾਥ ਸੰਗਤ ਦੇ ਸਭ ਕੁਝ ਆਪਣੇ ਨਾਲ ਹੀ ਕਿਉਂ ਹੁੰਦਾ ਹੈ ਇਹ ਸਭ ਕੁਝ ਸਿੱਖਾਂ ਨਾਲ ਹੀ ਕਿਉਂ ਹੁੰਦਾ ਇੱਥੇ ਮੈਂ ਬੇਨਤੀ ਕਰਾਂ ਕਿਸੇ ਹੋਰ ਨਾਲ ਕਿਉਂ ਨਹੀਂ ਹੁੰਦਾ ਸਾਡੇ ਨਾਲ ਹੀ ਵੱਖਰਾ ਵਰਤਾਰਾ ਕਿਉਂ ਅੱਜ ਮੈਂ ਬੇਨਤੀਆਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਸਮੇ ਦੇ ਦਾਇਰੇ ਵਿੱਚ ਰਹਿ ਕੇ ਸੋ ਇਕਾਗਰਤਾ ਬਣਾਇਓ ਫਤਿਹ ਬਲਾਓ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜੋ ਪੰਜਾਬ ਦੇ ਹਾਲਾਤ ਨੇ ਨਾ ਅੱਜ ਉਹ ਹਾਲਾਤਾਂ ਤੇ ਬੋਲਣਾ ਜ਼ਰੂਰੀ ਬਣਦਾ ਜੇ ਨਾ ਬੋਲਾਂਗੇ ਤੇ ਆਪਾਂ ਦੇਣਦਾਰ ਹੋਵਾਂਗੇ ਕੋਈ ਤੇ ਬੋਲੂ ਆਪਾਂ ਕਹਿੰਨਾ ਕਿ ਤੁਹਾਨੂੰ ਬਾੜੀਆ ਜੀ ਪੰਜਾਬ ਦੀ ਕੋਈ ਹੋਰ ਬੋਲੇ ਕਿਉਂ ਸਾਡੇ ਬੋਲਣ ਨਾਲ ਸਲ ਪਿੰਦਾ ਹੈ ਭਾਈ ਅਸੀਂ ਜ ਨਹੀਂ ਬੋਲਾਂਗੇ ਕੋਈ ਹੋਰ ਬੋਲੇ ਅਸੀਂ ਉਹਦੇ ਨਾਲ ਬੋਲਾਂਗੇ ਜੇ ਖਾਦ ਹੈ ਨਾ ਜਿਸ ਦੇਸ਼ ਦਾ ਜਿਸ ਧਰਤੀ ਦਾ ਗੁਰੂਆਂ ਪੀਰਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ ਪਿਆਰਿਓ ਜੇ ਇਸ ਧਰਤੀ ਦਾ ਖਾ ਕੇ ਵੀ ਨਾ ਬੋਲੇ ਤੇ ਯਾਦ ਰੱਖਿਓ ਫੇਰ ਨਹੀਂ ਅਸੀਂ ਆਪਣੇ ਆਪ ਨੂੰ ਮਾਫ ਕਰ ਪਾਵਾਂਗੇ ਫੇਰ ਨਹੀਂ ਮੈਂ ਇਥੇ ਬੇਨਤੀਆਂ ਕਰਨੀਆਂ ਚਾਹੁੰਨਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਨੇ ਬੜੇ ਚਿੰਤਾਤੁਰ ਹਾਲਾਤ ਨੇ ਬੜੇ ਚਿੰਤਾਤ ਚਿੰਤਾਵਾਂ ਨੇ ਬਹੁਤ ਵੱਡੀਆਂ ਚਿੰਤਾਵਾਂ ਨੇ ਸੋ ਗੁਰਮਖੋ ਹਾਲਾਤ ਇਹ ਜੇ ਬਣੇ ਹੋਏ ਨੇ ਕਿ ਅਸੀਂ ਕਰੀਏ ਤੇ ਕਰੀਏ ਕੀ ਅਜੇ ਹਾ ਕੀ ਹੋਵੇ ਅਸੀਂ ਸੁਧਰ ਜੀਏ ਅਸੀਂ ਬਦਲ ਜੀਏ ਪੰਜਾਬ ਦਾ ਹਾਲਾਤ ਪਹਿਲਾਂ ਵਰਗੇ ਕਰ ਦਈਏ ਅੱਜ ਅਮਰਤਪਾਲ ਦਾ ਵਿਸ਼ਾ ਤੇ ਤੁਸੀਂ ਸਾਰੇ ਹੀ ਲੈ ਕੇ ਚੱਲ ਰਹੇ ਹੋ ਵੇਖ ਰਹੇ ਹੋ ਕਿ ਅਮਰਤਪਾਲ ਕਿੱਥੇ ਹੈ ਜੀ ਅਮਰਤਪਾਲ ਨੂੰ ਐ ਕਰਤਾ ਜੀ بڑے ਨਿਊ ਚੈਨਲ ਨੈਸ਼ਨਲ ਮੀਡੀਆ ਸਾਡੀ ਸਭ ਤੋਂ ਵੱਧ ਬਗਦੋਈ ਕਰਨ ਦੇ ਵਿੱਚ ਲੱਗਿਆ ਹੋਇਆ ਸਭ ਤੋਂ ਵੱਧ ਜਦੋਂ ਤੇ ਸਿੱਖ ਲੰਗਰ ਲਾਉਂਦੇ ਨੇ ਕਿਥੇ ਸਟੇਟ ਦੇ ਵਿੱਚ ਜਾ ਕੇ ਮਦਦ ਕਰਦੇ ਨੇ ਉਦੋਂ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਜੀਭਾਂ ਨੂੰ ਗੰਡੀਆਂ ਪੈ ਜਾਂਦੀਆਂ ਨੇ ਇਹ ਨਹੀਂ ਬੋਲਦੇ ਮਾਸਾ ਕੋਈ ਚੈਨਲ ਹੋਵੇ ਜੇ ਕਹਿ ਦੇਵੇ ਭਾਈ ਸਿੱਖਾਂ ਨੇ ਵਧੀਆ ਕੰਮ ਕੀਤਾ ਕਿਤੇ ਜਾ ਕੇ ਕਿਸੇ ਦੀ ਮਦਦ ਕਰਦੀਏ ਮਾਸਾ ਇਹ ਕਹਿ ਦੇਣ ਕਿ ਭਾਈ ਇਹਨਾਂ ਨੇ ਵਧੀਆ ਕੰਮ ਕੀਤਾ ਪਰ ਨਹੀਂ ਅੱਜ ਜੇ ਮਾੜਾ ਜਿਹਾ ਅੰਮ੍ਰਿਤਪਾਲ ਦਾ ਵਿਸ਼ਾ ਹੋਇਆ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਬੇਨਤੀ ਕੀਤੀ ਜਾਂ ਕੁਝ ਵੀ ਕੀਤਾ ਅਲਟੀਮੇਟਮ ਦਿੱਤਾ ਤੇ ਜੇ ਅਜਨਾਲੇ ਵਾਲੀ ਘਟਨਾ ਦਾ ਜ਼ਿਕਰ ਕਰਾਂ ਮੈਂ ਕਹਣਾ ਸਭ ਕੁਝ ਚਲਾਇਆ ਗਿਆ ਅੰਤਕਵਾਦੀਓ ਨੇ ਕੀਤਾ ਜੀ ਥਾਣੇ ਪਰ ਹਮਲਾ ਅੰਤਕਵਾਦੀਓ ਨੇ ਇਹ ਕਰ ਦਿਆ ਜੀ ਸਿੱਧਾ ਸਾਨੂੰ ਤੇ ਅੰਤਕਵਾਦੀ ਕਿਹਾ ਜਾਂਦਾ ਹੈ ਲੈ ਦੱਸੋ ਅਸੀਂ ਇਹਨਾਂ ਲਈ ਕੀ ਕਰ ਰਹੇ ਹਾਂ ਮੈਨੂੰ ਬੇਨਤੀਆਂ ਇੱਥੇ ਕਰਨੀਆਂ ਪੈਣੀਆਂ ਨੇ ਸਾਡੇ ਵਾਲੇ ਚੱਕਦੇ ਨੇ ਝੋਲਾ ਜਿਹੜੇ ਮਰਜ਼ੀ ਸਟੇਟ ਚ ਜਾ ਵੜਦੇ ਨੇ ਉੱਥੇ ਹੀ ਕਹਿੰਦੇ ਅਸੀਂ ਲੰਗਰ ਲਾਉਣੇ ਆ ਜੀ ਜਾ ਕੇ ਉੱਥੋਂ ਦਾ ਪ੍ਰਸ਼ਾਸਨ ਮਰਿਆ ਹੋਇਆ ਹੈ ਉੱਥੋਂ ਦੀਆਂ ਸਰਕਾਰਾਂ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ પાਕੇ ਜਿਤਾਇਆ ਹੈ ਪਾਵਰ 'ਚ ਬਿਠਾਇਆ ਹੈ ਉਹ ਲੋਕ ਉੱਥੋਂ ਦੇ ਕੀ ਕਰ ਰਹੇ ਨੇ ਤੁਸੀਂ ਆਪਣੀ ਕੌਮ ਨੂੰ ਸੰਭਾਲੋ ਆਪਣੇ ਕੌਮ ਦੇ ਲਈ ਕੀ ਕੀਤਾ ਕਦੇ ਸੋਚਿਆ ਤੁਸੀਂ ਲੋਕਾਂ ਨੇ ਸਾਡੇ ਹਰੇਕ ਹੀ ਥਾਂ ਮੈਂ ਠੀਕ ਹੈ ਲੋਕਾਂ ਦੀ ਮਦਦ ਕਰਨਾ ਠੀਕ ਹੈ ਪਰ ਇਹ ਲੋਕ ਤੁਹਾਡੀ ਚੰਗਿਆਈ ਅੱਜ ਤੱਕ ਬਿਆਨ ਨਹੀਂ ਕਰ ਸਕੇ ਤੇ ਤੁਸੀਂ ਅੱਜ ਇਹਨਾਂ ਦੇ ਸਾਹਮਣੇ ਚੰਗੇ ਬਣ ਰਹੇ ਹੋ ਜਦੋਂ ਤੁਹਾਡੀ ਕੋਈ ਮਾੜੀ ਮੁੱਟੀ ਗੱਲ ਹੁੰਦੀ ਹੈ ਇਹ ਉਛਾਲ ਕੇ ਪੇਸ਼ ਕਰਦੇ ਤੁਹਾਨੂੰ ਤਾਂ ਅੰਤਕਵਾਦੀ ਕਹੀ ਜਾਂਦੇ ਨੇ ਖਵਾ ਲਓ ਇਹਨਾਂ ਨੂੰ ਜਿੰਨਾ ਮਰਜੀ ਜਾ ਕੇ ਦੇਈ ਚੱਲੋ ਕੋਈ ਗੱਲ ਨਹੀਂ ਆਪਣੇ ਲੋਕਾਂ ਨੂੰ ਪਿੱਛੇ ਛੱਡਦੇ ਨਹੀਂ ਜੀ ਇਹਨਾਂ ਨੂੰ ਨਹੀਂ ਦੇਣਾ ਹੈਗਾ ਇਹਨਾਂ ਦੇ ਬੱਚਿਆਂ ਨੂੰ ਨਹੀਂ ਪੜਾਉਣਾ ਹੈਗਾ ਦੂਜੇ ਬੱਚਿਆਂ ਦੇ ਪੜਾਈਆਂ ਦੇ ਖਰਚੇ ਵੀ ਚੁੱਕੇ ਜਾਂਦੇ ਨੇ ਦੇਖੋ ਕਿੱਡਾ ਵੱਡਾ ਡਿਫਰੈਂਸ ਹੈ ਜੀ ਕਿੱਡਾ ਵੱਡਾ ਧੋਖਾ ਇਹ ਸ਼ਰੇਆਮ ਹੀ ਹੈ ਆਪਣੀ ਕੌਮ ਨਾਲ ਆਪਣੀ ਧੋਖਾ ਕਰੀ ਜਾਂਦੇ ਤੇ ਇੱਥੇ ਮੈਨੂੰ ਬੇਨਤੀਆਂ ਤਾਂ ਕਰਨੀਆਂ ਪੈ ਗਈਆਂ ਕਿਉਂਕਿ ਉਹੀ ਖਰਚਾ ਆਪਣੀ ਕੌਮ ਦੇ ਬੱਚਿਆਂ ਤੇ ਕਰੋ ਉਹਨਾਂ ਨੂੰ ਆਈਪੀਐਸ ਐਸਐਸਪੀ ਤੱਕ ਬਣਾਉਣ ਤੱਕ ਜ਼ੋਰ ਲਾਓ ਡੀਜੀਪੀ ਤੱਕ ਉਹਨਾਂ ਨੂੰ ਸਿਆਸਤ ਦੇ ਵਿੱਚ ਵਾੜੋ ਤਾ ਇਹ ਵਧੇਕੀਆਂ ਸਾਡੇ ਨਾਲ ਬੰਦ ਹੋ ਜਾਣ ਨੈਸ਼ਨਲ ਮੀਡੀਆ ਕਹਿੰਦਾ ਜੀ ਸਿੱਖ ਅੰਤਕਵਾਦੀ ਨੇ ਤੇ ਜੇ ਅਸੀਂ ਅੰਤਕਵਾਦੀ ਆ ਜਿਹੜੇ ਬਾਰਡਰਾਂ ਤੇ ਬੈਠੇ ਨੇ ਸਰਹੱਦਾਂ ਤੇ ਰਾਖੀਆਂ ਕਰਦੇ ਨੇ ਫਿਰ ਉਹ ਕੀ ਨੇ ਉਹਨਾਂ ਨੂੰ ਵਾਪਸ ਲੈ ਕੇ ਆਓ ਨਾ ਇਹ ਖਾਲਸਤਾਨ ਦਾ ਪ੍ਰਚਾਰ ਕਰ ਸਾਡੇ ਕੇਸਰੀ ਨਿਸ਼ਾਨ ਸਾਹਿਬ ਨੂੰ ਵੀ ਖਾਲਸਤਾਨ ਕਹਿਣ ਲੱਗ ਪਏ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਨਿਸ਼ਾਨ ਸਾਹਿਬਾਂ ਤੇ ਵੀ ਹਮਲਾ ਹੋਊਗਾ ਤੇ ਇਹ ਲੋਕ ਕਹਿਣਗੇ ਜੀ ਤਾਂ ਖਾਲਸਤਾਨ ਦੇ ਝੰਡੇ ਨੇ ਜੀ ਗੁਰੂ ਘਰਾਂ 'ਚ ਝੂਲਦੇ ਨੇ ਇਹਨਾਂ ਨੂੰ ਪੱਟੋ ਇਹ ਸਭ ਕੁਝ ਵੀ ਦਿਨ ਸਾਨੂੰ ਦੇਖਣੇ ਪੈਣਗੇ ਯਾਦ ਰੱਖਿਓ ਮੈਨੇ ਇਸ ਗੱਲ ਦੇ ਵਿੱਚ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਅਸੀਂ ਜਿੰਨੇ ਅਵੇਸਲੇ ਹੋ ਕੇ ਬੈਠੇ ਆ ਆਪਣੀ ਕੌਮ ਪ੍ਰਤੀ ਪੰਥ ਦੇ ਪ੍ਰਤੀ ਉਹਨਾਂ ਹੀ ਧੋਖਾ ਖਾਵਾਂਗੇ ਉਹਨਾਂ ਹੀ ਵੱਡਾ ਖਤਾ ਖਾਵਾਂਗੇ ਅਸੀਂ ਯਾਦ ਰੱਖਿਓ ਤੁਸੀਂ ਸਾਰੇ ਜਾਣੇ ਅਮਰਤਪਾਲ ਕਿੱਥੇ ਐ ਅਮਰਤਪਾਲ ਜੀ ਔਰਤਾਂ ਦੇ ਨਾਲ ਰਿਲੇਸ਼ਨ ਨੇ ਜੀ ਉਹ ਐ ਭੱਜਿਆ ਫਿਰਦੇ ਨੈਸ਼ਨਲ ਮੀਡੀਆ ਪ੍ਰਚਾਰਿਆ ਆ ਦੋ ਤਿੰਨ ਚੈਨਲ ਸਾਡੇ ਵੀ ਨੇ ਮੈਂ ਨਾਂ ਤੇ ਨਹੀਂ ਲੈਂਦਾ ਉਹਨਾਂ ਦਾ ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਸੱਚ ਵਿਖਾਇਆ ਕਰੋ ਜੇ ਸੱਚ ਵਿਖਾਓਗੇ ਤੇ ਅਸੀਂ ਤੁਹਾਡੇ ਨਾਲ ਆ ਤਾਨੂੰ ਕਿਸੇ ਦਾ ਡਰ ਨਹੀਂ ਹੋਣਾ ਜੇ ਝੂਠ ਵਿਖਾਓਗੇ ਨਾ ਯਾਦ ਰੱਖਿਓ ਇੱਕ ਦਿਨ ਉਸ ਮਾਲਕ ਨੂੰ ਜਾਨ ਵੀ ਦੇਣੀ ਆ ਤੇ ਫਿਰ ਉੱਥੇ ਵੀ ਝੂਠ ਬੋਲੀ ਜਾਇਓ ਠੀਕ ਹੈ ਉਥੇ ਸਭ ਕੁਝ ਸੱਚੀ ਹੋਣਾ ਉਥੇ ਸੱਚਾ ਹੀ ਸੱਚ ਨਿਭੜਾ ਸੱਚੀ ਨਿਭੜਨਾ ਹੈ ਉਥੇ ਮਨ ਮਰਜ਼ੀਆਂ ਕਰ ਲੋ ਜੋ ਤੁਸੀਂ ਕਰਨੀਆਂ ਨੇ ਪਰ ਇੱਕ ਦਿਨ ਰੱਬ ਦੇ ਕਰ ਜਾ ਕੇ ਮੂੰਹ ਵਿਖਾਉਣਾ ਇਹ ਗੱਲ ਯਾਦ ਰੱਖਿਓ ਸੋ ਗੁਰਮੁਖ ਪਿਆਰਿਓ ਅੰਮ੍ਰਿਤਪਾਲ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਜਥੇਦਾਰ ਸਾਹਿਬ ਕਹਿ ਚੁੱਕੇ ਨੇ ਭਾਈ ਸਰੈਂਡਰ ਕਰੇ ਠੀਕ ਹੈ ਉਹਨਾਂ ਨੇ ਕਹਿਤਾ ਹੁਣ ਅਮਰਤਪਾਲ ਸਰੈਂਡਰ ਕਰੇ ਨਾ ਕਰੇ ਇਹ ਲੱਗ ਤੋਂ ਮੈਟਰ ਹੈ ਪਰ ਜਿਹੜਾ ਬਦਨਾਮ ਕਰਨ ਤੇ ਸਾਨੂੰ ਜ਼ੋਰ ਲਾਇਆ ਜਾ ਰਿਹਾ ਨਾ ਉਹ ਗੱਲ ਬਿਲਕੁਲ ਕਰਨੀ ਬਣਦੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬੀਅਤ ਤੋਂ ਹੀ ਖਤਰਾ ਹੋ ਗਿਆ ਹੈ ਮੁੱਖ ਮੰਤਰੀ ਕਹਿੰਦੇ ਜੀ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਮਿਲਟਰੀ ਲਾਈ ਗਈ ਹੈ ਪਿਛਲੇ ਸਾਲ ਪੰਜਾਬ ਦੇ ਹਾਲਾਤ ਠੀਕ ਨਹੀਂ ਸੀ ਕਿ ਮਾੜੇ ਸੀ ਜੇ ਮਾੜੇ ਸੀ ਫਿਰ ਪਿਛਲੇ ਸਾਲ ਮਿਲਟਰੀ ਕਿਉਂ ਨਹੀਂ ਲਾਈ ਕਿਉਂ ਨਹੀਂ ਨਾਕਾਬੰਦੀ ਕੀਤੀ ਕਹਿੰਦੇ ਜੀ ਅਮਰਤਪਾਲ ਦਾ ਵਿਸ਼ਾ ਨਹੀਂ ਹੈਗਾ ਇਹ ਤਾਂ ਜੀ ਪੰਜਾਬ ਦੇ ਹਾਲਾਤ ਮਾੜੇ ਨੇ ਤਾਂ ਕਰਕੇ ਇਹ ਸਾਰਾ ਕੀਤਾ ਸਾਨੂੰ ਮਿਲਟਰੀ ਦਾ ਖਰਚਾ ਦੇਣਾ ਪੈਣਾ ਸਾਨੂੰ ਇਹ ਮੌਜੂਦਾ ਹਾਲਾਤਾਂ ਦੇ ਖਰਚੇ ਦੇਣੇ ਪੈਣਗੇ ਤੇ ਅੱਜ ਆਪਰੇਸ਼ਨ ਅਮਰਤਪਾਲ ਕਰਨ ਦੇ ਲਈ ਇੰਨਾ ਵੱਡਾ ਟਕਵੰਜ ਕੀਤਾ ਗਿਆ ਖਰਚਾ ਸਾਡੇ ਸ਼ਰੀ ਪੈ ਗਿਆ ਉਹ ਸਾਰਾ ਸਾਨੂੰ ਤੇ ਰਾਹਤ ਦੇਣੀ ਸੀ ਪੰਜਾਬ ਦੇ ਖਜ਼ਾਨੇ ਨੂੰ ਭਰਨਾ ਜੀ ਤੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੀ ਬਜਾਏ ਤੇ ਹੋਰ ਵੀ ਖੋਰਾ ਲਾਉਣ ਲੱਗ ਪਏ ਕਿੱਧਰ ਜਾਈਏ ਅਸੀਂ ਕੀ ਕਰੀਏ ਗਿਆਨੀ ਹਰਬ੍ਰੀ ਸਿੰਘ ਹੋਰਾਂ ਦੇ ਜਥੇਦਾਰ ਹੋਰਾਂ ਦੀ ਫੇਕ ਕਲਿੱਪ ਵੀ ਚਲਾਈ ਜਾਂਦੀ ਹੈ ਕਿ ਜੀ ਅਮਰਤਪਾਲ ਦੀ ਸਪੋਰਟ ਕਰਦੇ ਨੇ ਇਹ ਤਾਂ ਦੇਖੋ ਜੀ ਬਾਦਲ ਕੇ ਲਾਣੇ ਜੁਨੇ ਤਾਂ ਨਹੀਂ ਸਰਬੱਤ ਖਾਲਸਾ ਬੁਲਾਉਂਦੇ ਜੇ ਬੁਲਾਉਂਦੇ ਨੇ ਤਾਂ ਮਾੜੇ ਨਹੀਂ ਬੁਲਾਉਂਦੇ ਤਾਂ ਮਾੜੇ ਤੇ ਮੈਂ ਬੇਨਤੀ ਕਰੂੰਗਾ ਸਰਬੱਤ ਖਾਲਸਾ ਇਕੱਠਾ ਹੋਊਗਾ ਤੇ ਅਮਰਤਪਾਲ ਸਿੰਘ ਆਪਣਾ ਸਰੈਂਡਰ ਕਰ ਦੇਣ ਜੇ ਨਹੀਂ ਕਰਦੇ ਸਰਬੱਤ ਖਾਲਸਾ ਨਹੀਂ ਇਕੱਠਾ ਹੋਇਆ ਤੇ ਫਿਰ ਗੱਲ ਕੀ ਇਹ ਦੇ ਵਿੱਚ ਕੋਈ ਗੱਲ ਨਹੀਂ ਫਿਰ ਕਿਹੜਾ ਮੌਕੇ ਚਲੇ ਗਏ ਅਸਲ ਦੇ ਵਿੱਚ ਜਥੇਦਾਰ ਜਿਹੜੀ ਪਦਵੀ ਤੇ ਬੈਠੇ ਨੇ ਉੱਥੇ ਉਹਨਾਂ ਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ ਸਾਡੇ ਵਰਗੇ ਤੇ ਗਰਮ ਦਲੀਏ ਕਹਿ ਦਿੰਦੇ ਨੇ ਸਰਬਤ ਖਾਲਸਾ ਇਕੱਠਾ ਕਰੋ ਨਹੀਂ ਹੋਊਗਾ ਜੀ ਤਾਂ ਜੀ ਉਹਨਾਂ ਦਾ ਬੰਦਾ ਹੈ ਜੀ ਉਹਨਾਂ ਦਾ ਉੱਥੇ 100 ਗੱਲਾਂ ਸੋਚਣੀਆਂ ਪੈਂਦੀਆਂ ਨੇ ਸਰਬਤ ਖਾਲਸਾ ਜੇ ਅੱਡ ਇਕੱਠਾ ਹੁੰਦਾ ਉਹਦੇ ਵਿੱਚ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਹੋ ਜੂਗੀ ਪਰ ਮੈਨੂੰ ਪੂਰਾ ਯਕੀਨ ਹੈ ਉਹਦੇ ਵਿੱਚ ਬਹੁਤੀਆਂ ਜਥੇ ਬੰਦੀਆਂ ਨਹੀਂ ਪਹੁੰਚਣਗੀਆਂ ਜਿਨ੍ਹਾਂ ਨੇ ਆਪਣੀ رائے ਨਹੀਂ ਇੱਕ ਬਣਾਉਣੀ ਫਿਰ ਕੀ ਫਾਇਦਾ ਹੋਇਆ ਜੀ ਸਾਨੂੰ ਸਰਬੱਤ ਖਾਲਸਾ ਇਕੱਠਾ ਹੁਕਮ ਉਹ ਹੁੰਦਾ ਜੋ ਕਹਿ ਦਿੱਤਾ ਮੰਨ ਲਿਆ ਸਾਰਿਆਂ ਨੇ ਪਰ ਜੇ ਮੰਨਣੀ ਨਹੀਂ ਹੈਗਾ ਫਿਰ ਸਰਬੱਤ ਖਾਲਸਾ ਇਕੱਠਾ ਕਰਨ ਦਾ ਫਾਇਦਾ ਵੀ ਕੀ ਹੈ ਅਮਰਤਪਾਲ ਜਿੱਥੇ ਮਰਜੀ ਹੋਵੇ ਜਥੇਦਾਰ ਸਾਹਿਬ ਨੇ ਗੱਲ ਕਹਿਤੀ ਸਰੈਂਡਰ ਕਰੇ ਹੁਣ ਵੇਖਦੇ ਆ ਵਿਸਾਖੀ ਤੱਕ ਸਰੈਂਡਰ ਕਰਦੇ ਨੇ ਤੇ ਜੋ ਪੰਜਾਬ ਦੇ ਹਾਲਾਤ ਨੇ ਇਹਨਾਂ ਨੂੰ ਜ਼ਰੂਰ ਸੁਖਾਵੇਂ ਕਰਨ ਦਾ ਲਈ ਜਿਹੜਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਕੱਢਣਾ ਚਾਹੀਦਾ ਹੈ ਇਹ ਹਾਲਾਤ ਪਹਿਲਾਂ ਵਾਂਗੂ ਕਰਨੇ ਚਾਹੀਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਨਾਲ ਨਰਮਾਈ ਵਰਤਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ